ਉਹ ਦੁਕਾਨ ਚੋਂ ਨਿਕਲਿਆ ਤੇ ਇਹਦੇ ਕਣਾ ਕੇ ਚਵੜ ਗਿਆ ਹੁਣ ਤੱਕ ਗੁਲੇਂਦੇ ਰਹਿ ਗਏ ਲੱਭਿਆ ਗਿਆ ਨਹੀਂ ਬੰਦੇ ਹਾਲੀ ਗੁਲੇਂਦੇ ਵਧ ਸਭ ਸਲ 1 ਘੰਟਾ ਥੀ ਗਿਆ ਸਾਂ ਗੋਲ ਗੋਲ ਸਾਰੇ ਵਾਸਤੇ ਮੰਗਵਾ ਲਈ ਮੈਂ ਤਾਂ ਕੋਈ ਹੋਸ਼ ਹੁਸ਼ ਨਾ ਮੰਜੀ ਦੇ ਹੇਠ ਵੜ ਗਿਆ ਮੈਂ ਤਾਂ ਪਹਿਲੇ ਨਹੀਂ ਆਖਿਆ ਵੀ ਇਹ ਚੀਜ਼ ਜਿਹੜੀ ਹੈ ਨਾ ਉਹ ਜ਼ਿਆਦਾ ਹੀ ਓਵਰ ਕਰ ਦਿੱਤੀ ਹੈ ਨਾ ਸਾਰੇ ਕੋਲ ਵੀਵਰ ਤੇ ਸਵੇਰ ਦੀ ਬਾਰਿਸ਼ ਲੱਗੀ ਖੜੀ ਹੈ ਤੇ ਹੁਣ ਬੱਦਲ ਕਾਫੀ ਜ਼ਿਆਦਾ ਆਵਾਜ਼ ਗਜਕਦਾ ਕੜਾ ਸ਼ਾਇਦ ਹੁਣ ਗਜਸ਼ੇ ਸ਼ਾਇਦ ਆਵਾਜ਼ ਆਵੇ ਅੱਗੇ ਮੈਂ ਇੱਕ ਸੀਨ ਗਿੱਧਾ ਹੈ ਉਮੀਦ ਹੈ ਉਹਦੀ ਆਵਾਜ਼ ਆਸੀ ਵਿੱਚ ਬੜਾ ਖਤਰਨਾਕ ਸੀਨ ਬਣਿਆ ਖੜਾ ਨਾ ਸਵੇਰ ਸਵੇਰ ਦੀ ਰਾਤ ਦੀ ਸਮਝੋ ਬਾਰਿਸ਼ ਵਾਲਾ ਸੀਨ ਬਣਿਆ ਖੜਾ ਸਵੇਰ ਦੀ ਹਾਲੇ ਛੁੱਟੀ ਕਾਇ ਨਹੀਂ ਥਈ ਹੁਣ ਤਕਰੀਬਨ 11 ਦਾ ਟਾਈਮ ਥਿਆ ਵਦਾ ਮੈਂ ਅੰਦਰ ਬਹਿ ਕੇ ਸਕੂਨ ਨਾਲ ਬੈਠਾ ਇਹਦੇ ਉਹਦੇ ਕਿ ਨਹੀਂ ਨਿਕਲਦੇ ਪਏ ਕਿਉਂਕਿ ਮੌਸਮ ਇਸ ਕਿਸਮ ਦੇ ਬਾਹਰੋਂ ਡਰ ਲੱਗਦਾ ਸ਼ਦੀਦ ਗੜਕਾ ਰਿਹਾ ਨੇ ਖੜਾ ਅੱਲਾ ਮਾਫ ਕਰੇ ਦੁਆ ਕਰੇ ਕਿ ਅੱਲਾ ਪਾਕ ਕਹੀਂ ਨੁਕਸਾਨ ਤੋਂ ਬਚਾਵੇ ਕੋਈ ਨੁਕਸਾਨ ਨਾ ਥੀਵੇ ਅਸਲਾਮੁ ਅਲੈਕੁਮ ਮੈਂ ਖੁਬੈਬਰ ਰਹਿਮਾਨ ਤੁਸੀਂ ਦੇ ਮੇਰਾ ਯੂਟਿਊਬ ਚੈਨਲ ਖੁਬੈਬਰ ਰਹਿਮਾਨ ਸਵੇਰ ਦੀ ਬਾਰਿਸ਼ ਲੱਗੀ ਖੜੀ ਹੈ ਜਿਵੇਂ ਮੈਂ ਤੁਹਾਨੂੰ ਪਿੱਛੋਂ ਦਸਾਇਆ ਬੱਦਲਾਂ ਦੇ ਕੜਕਾਰਨ ਫੁੱਲ ਤੇ ਮੌਸਮ ਕਾਫੀ ਖਤਰਨਾਕ ਹੈ ਤੁਹਾਨੂੰ ਫੀਲ ਥਿੰਦਾ ਪਿਓ ਸੀ ਬੱਦਲ ਹੀ ਬੱਦਲ ਹਨ ਬਾਰਿਸ਼ ਹੀ ਬਾਰਿਸ਼ ਹੈ ਪਾਣੀ ਹੀ ਪਾਣੀ ਹੈ ਜ਼ਿਆਦਾ ਬਾਰਿਸ਼ ਆਤੀ ਹੈ ਤਾਂ ਜ਼ਿਆਦਾ ਪਾਣੀ ਆਤਾ ਹੈ ਇਹ ਡਾਇਲਾਗ ਤੁਹਾਨੂੰ ਯਾਦ ਹੋ ਸੀ ਮਾਸ਼ਾਅੱਲਾ ਦੁਆ ਕਰੋ ਕਿ ਅੱਲਾ ਪਾਕ ਬਖੈਰ ਵਫੀਅਤ ਬਾਰਿਸ਼ ਦੇਵੇ ਅਤੇ ਕਈ ਵੱਡੇ ਨੁਕਸਾਨ ਤੋਂ ਬਚਾਵੇ ਕਿਉਂਕਿ ਹਾਲਾਤ ਕਾਫੀ ਖਤਰਨਾਕ ਅਤੇ ਗੰਭੀਰ ਫੀਲ ਥੀਂਦੇ ਪੈਣ ਬੱਦਲਾਂ ਦੇ ਕੜਕਾਰੇ ਬਹੁਤ ਜ਼ਿਆਦਾ ਹਨ ਬਿਜਲੀ ਚਮਕਦੀ ਹੁੰਦੀ ਹੈ ਮੈਂ ਮੰਜਣਾ ਆਈ ਬੇਗਮ ਚਾਵਣ ਬਾਰਿਸ਼ ਦੀ ਵਜ੍ਹਾ ਤੋਂ ਸਟੇਅ ਕਰ ਗਿਆ ਸਵੇਰ ਨਾਲ ਥੋੜ੍ਹੀ ਦੇਰ ਸਾਫ਼ ਥੀ ਹੈ ਮੈਂ ਨਿਕਲਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਦੋਸਤ ਆ ਗਏ ਮਹਿਮਾਨ ਉਹ ਅੰਦਰ ਬੈਠਣ ਪਏ ਮੈਂ ਕਿਹਾ ਬਾਰਿਸ਼ ਵਾਲਾ ਸੀਨ ਹੀ ਥਾਂ ਗੁਜ਼ਾਰੋ ਵੱਧ ਤੋਂ ਸਮਝ ਆਏ ਤਾਂ ਮੈਂ ਹੀ ਵੱਲ ਨਿਕਲ ਸਾਂ ਅੱਜ 13 ਤਾਰੀਖ ਹੈ ਵਿਸਾਖੀ ਹੈ ਅਤੇ ਗੰਦਮ ਕੋ ਅੱਜ ਹੱਥ ਲਾਉਣਾ ਆਈ ਅਸਾਂ ਲੇਕਿਨ ਉਹ ਨਹੀਂ ਲਾ ਸਕੇ ਕਿਉਂਕਿ ਬਾਰਿਸ਼ ਆ ਗਈ ਹੈ ਸਵੇਰ ਦੀ ਅੱਜ ਸਾਡੀ ਰੈਪਰ ਆਉਣੀ ਹੈ ਅਸਾਂ ਸਾਰਾ ਨਿਜ਼ਾਮ ਤਿਆਰ ਕੀਤੀ ਖੜਿਆ ਸੀ ਬਾਰਿਸ਼ ਦੀ ਵਜ੍ਹਾ ਤੋਂ ਡਿਲੇ ਸੀ ਗਿਆ ਅੱਲਾ ਪਾਕ ਜਲਦੀ ਜਲਦੀ ਮੌਸਮ ਸਾਫ਼ ਕਰੇ ਲੋਕ ਆਪਣਾ ਰਿਸਕ ਸਾਲ ਦੀ ਮਿਹਨਤ ਸਾਲ ਦੀ ਰੋਜ਼ੀ ਦਾਣੇ ਮਹਿਫੂਜ਼ ਕਰ ਗਏ ਨੇ ਅਤੇ ਅਸਾਂ ਵੀ ਮਹਿਫੂਜ਼ ਕਰ ਗਏ ਨੂੰ ਦੁਆ ਕਰਾਏ ਕਿ ਅੱਲਾ ਪਾਕ ਖੈਰ ਦੀ ਬਾਰਿਸ਼ ਦੇਵੇ ਅਤੇ ਫਿਲਹਾਲ ਮਤਲਬ ਜ਼ਰੂਰਤ ਕਹਿ ਨਹੀਂ ਬਾਰਿਸ਼ ਦੀ ਅੱਲਾ ਪਾਕ ਰਹਿਮਤ ਦੀ ਬਾਰਿਸ਼ ਦੇਵੇ ਆਮੀਨ ਸੁਮਾ ਆਮੀਨ ਜਿਹਨਾਂ ਦੋਸਤਾਂ ਨੇ ਹਾਲੇ ਤੱਕ ਸਾਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਜਲਦੀ ਮਾਰੋ ਸਬਸਕ੍ਰਾਈਬ ਦੇ ਵੱਲ ਸ਼ੁਰੂ ਕਰਨੇ ਮੈਂ ਅੱਜ ਦੀ ਮਜ਼ੇਦਾਰ ਵੀਡੀਓ ਮਾਸ਼ਾਅੱਲਾ ਸਹੀ ਘੰਟੇ ਡੇਢ ਦੇ ਬਾਅਦ ਮੌਸਮ ਮਾਸ਼ਾਅੱਲਾ ਕਲੀਅਰ ਥੀ ਗਿਆ ਬੱਦਲ ਉਵੇਂ ਵਧਣ ਥੈ ਬਾਰਿਸ਼ ਫੁੱਲ ਰੁਕ ਗਈ ਹੈ ਮਹਿਮਾਨ ਜਿਹੜੇ ਹਨ ਉਹ ਹੁਣ ਲੱਗੇ ਗਏ ਮੈਂ ਬਾਹਰੋਂ ਨਿਕਲਿਆ ਖੜਾ ਮੌਸਮ ਜਿਹੜਾ ਨਾ ਬੜਾ ਬਿਹਤਰੀਨ ਥੀ ਗਿਆ ਹੁਣ ਜਿਹੜਾ ਨਾ ਕਲੀਅਰ ਕਲੀਅਰ ਹਰ ਚੀਜ਼ ਸਾਫ ਕ੍ਰਿਸਟਲ ਕਲੀਅਰ ਜੇਕੋ ਆਦਨ ਨਾ ਤੋੜ ਬੱਦਲਾਂ ਤੱਕ ਨਜ਼ਰ ਆਉਂਦੀ ਖੜੀ ਹੈ ਹਲਕੀਆਂ ਹਲਕੀਆਂ ਕਣੀਆਂ ਵੱਧ ਸ਼ੁਰੂ ਥੀ ਗਈਆਂ ਸ਼ਾਇਦ ਫੀਲ ਥੀਂਦੀਆਂ ਪਿਆਂ ਐਨੀ ਫੀਲ ਥੀਂਦੀਆਂ ਕੈਮਰੇ 'ਚ ਨਹੀਂ ਫੀਲ ਥੀਂਦੀਆਂ ਉਵੇਂ ਆਉਂਦੀਆਂ ਖੜੀਆਂ ਮੈਂ ਫੀਲ ਥੀਂਦੀਆਂ ਪੈ ਲਾਰੀ ਸਾਰੀ ਦੀ ਹਾਲਤ ਬਿਲਕੁਲ ਖਰਾਬ ਥਈ ਖੜੀ ਹੈ ਨਾ ਤਾਂ ਜਿੱਥੇ ਬਾਰਿਸ਼ ਆਈ ਹੈ ਪਿੱਛੋਂ ਉਹ ਤਾਂ ਉਵੇਂ ਗੰਦ ਥੀ ਗਈ ਰਾਤੀ ਜਿਹੜੀਆਂ ਥੋੜ੍ਹੀਆਂ ਬਹੁਤ ਛਿੰਡਕਾਂ ਹਨ ਉਹਨਾਂ ਨਾਲ ਉਵੇਂ ਖਰਾਬ ਥਈ ਖੜੀ ਹੈ ਹੁਣ ਵੱਲ ਬਾਰਿਸ਼ ਆਈਏ ਤਾਂ ਉੱਕਾ ਖਰਾਬ ਥਈ ਖੜੀ ਫਿਲਹਾਲ ਮੈਂ ਵਹਿੰਦਾ ਪਿਆ ਦੁਕਾਨ ਤੇ ਜ਼ਕਾ ਭਾਈ ਕੋਲ ਉੱਥੇ ਥੋੜ੍ਹਾ ਜਿਹਾ ਕੰਮ ਹੈ ਕੁਝ ਸਮਾਨ ਗਿਣਾ ਵੱਲ ਆਪਣੇ ਰਕਬੇ ਵੱਲ ਵੈਸੋਂ ਕਣਕ ਦੀ ਕੰਡੀਸ਼ਨ ਦੇਦੇ ਹਾਂ ਕਣੀਆਂ ਹਾਲੀ ਆਉਂਦੀਆਂ ਵਧੀਆਂ ਦੇਖੋ ਅੱਲਾ ਖੈਰ ਕਰੇ ਗੰਦਮ ਦੀ ਪੋਜੀਸ਼ਨ ਦੇਦੇ ਹਾਂ ਵੀ ਕਿਆ ਹੈ ਨੁਕਸਾਨ ਤਾਂ ਨਹੀਂ ਥੀਆ ਕੋਈ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਬਿਸਮਿਲ੍ਲਾਹ ਪਈ ਗੱਲ ਦੱਸਾਂ ਲਾਰੀ ਵਿੱਚ ਪੈਟਰੋਲ ਉੱਕਾ ਕਹਿ ਨਹੀਂ ਵੇ ਉਹ ਬਿਲਕੁਲ ਸੂਈ ਥੱਲੇ ਆਈ ਖੜੀ ਹੈ ਖਤਮ ਥਿਆ ਖੜਾ ਚਲੋ ਜ਼ਕਾ ਭਾਈ ਕੋਲ 5-7 ਲੀਟਰ ਸਟਵਾ ਗਏ ਸੂ ਫਿਲਹਾਲ ਸ਼ਹਿਰ ਵੱਲ ਪੰਪ ਵੱਲ ਤਾਂ ਕੋਈ ਚੱਕਰ ਹੈ ਕਹਿ ਨਾ ਅਗਰ ਚੱਕਰ ਹੁੰਦਾ ਤਾਂ ਵੱਲ ਉੱਥੋਂ ਪਵਾਉਂਗਾ ਲੇਕਿਨ ਹੁਣ ਫਿਲਹਾਲ ਇੱਥੇ ਹੀ ਘੁੰਮਣਾ ਸੇ ਘਰ ਇੱਥੇ ਹੀ ਆਪਣੇ ਰਕਬੇ ਤੱਕ ਇੱਡੇ ਉੱਡੇ ਤਾਂ ਪੈਟਰੋਲ ਪਵਾ ਗਏ ਇੱਥੋਂ ਕਿਵੇਂ ਹਾਲ ਹੈ ਵਾਲੇਕੁਮ ਸਲਾਮ ਠੀਕ ਹੈ ਫਿੱਟੀ ਮੌਸਮ ਬੜਾ ਖਤਰਨਾਕ ਕਰ ਦਿੱਤਾ ਜੀ ਹੁਣ ਚਾਹ ਕਿਆ ਦਾ ਪੈ ਕੁਕਣੀ ਸੱਤ ਵਜੇ ਤੱਕ ਗਿਆ ਹੁਣ ਬੋਲਾਂ ਬਾਰਿਸ਼ ਆ ਗਈ ਉਸ ਨੇ ਬਾਰਿਸ਼ ਵਿੱਚ ਬੈਠ ਰਹਿ ਗਿਆ ਉਸ ਚਲੋ ਆਓ ਜੀ ਸਲਾਮ ਦੀ ਵਾਏ ਪਹਿਲੇ ਪੈਸੇ ਬਾਅਦ ਵਿੱਚ ਕਿਵੇਂ ਹਾਲ ਅੱਜ ਕੱਲ੍ਹ ਪੈਸੇ ਕੋ ਸਲਾਮ ਓ ਨਾ ਓਏ ਪੈਸੇ ਕੋ ਬਿਲਕੁਲ ਇਵੇਂ ਪੈਸੇ ਕੋ ਸਲਾਮ ਹੈ ਉਹ ਗੱਲ ਤੁਹਾਡੀ ਠੀਕ ਹੈ ਅੱਛਾ ਕਾਰ ਵਿੱਚ ਕੋਈ ਪੈਟਰੋਲ ਪਾਉਣ ਦਾ ਤਰੀਕਾ ਹੈ ਕੀ ਫੇਰ ਲੰਬੀ ਥੋੜ੍ਹੀ ਓਕੇ ਓਕੇ ਯਾਰ ਮੁਜ਼ਮਲ 5-1 ਲੀਟਰ ਮੈਂ ਪਾ ਰਿਹਾ ਮੀ ਕਾਰ ਵਿੱਚ
ਪਹਿਲੀ ਬਣਾਏ ਉਹ ਤਰੀਕਾ ਪੈ ਪਲਾ ਓਕੇ ਕੈਰੀਆ ਵਾਲੇ ਆ ਇਹਨਾਂ ਵਾਲੂ ਨਾ ਕੋਲ ਨਹੀਂ ਆਉਂਦਾ ਉਹਨਾਂ ਕੋ ਪਾ ਦੇ ਸਹੀ ਸਹੀ ਚੱਲ ਖੋਲ ਜਾ ਚੱਲ ਗਿਆ ਨਾ ਅੱਗੂ ਸਾਰਾ ਪਾਣੀ ਖੜਾਈ ਖੜੇ ਸਲਿਪ ਤੇ ਜੇ ਬੰਦਾ ਸਿੱਧਾ ਦੁਕਾਨ ਵਿੱਚਪੈਟਰੋਲ ਥੋੜਾ ਮੁੱਕ ਗਿਆ ਮੱਠਾ ਠੀਕ ਹੈ ਡਰਮ ਫੁੱਲ ਪਾਈ ਪੈਮਾਨਾ ਸਾਫ ਹੈ स्लिप खतरा इत बस बस इो कुछ वैसे थैंक यू सर शुक्रिया हूँ उम्मीद है पंप तक असा पहुंच वैसे ओके तिलकदा है जी मैं ख्याल नाल टोर ख्याल नाल सारा चिकड़ थिया पे वाल पक्की मिट्टी सटा के लिंबा रखी है तुसा यार रेत सटो इथा वो वर्कर ही तिलक दा इथो रेत सटो इथा ये देखो उते लेंब रखी वे ते दाने सारे बारू रखी पे ओला के बंदे खराब थी वेतन वजन वधेंदे वधेंदे धूप निकलती है ना शापर बिछा के को सारा तोल के ते उते सारा हां खिंडा दी भाई ठीक ठीक असल असल चाहने है ना अभी जेड़ा आवे ना सारे को डायरेक्ट आवे क्या टूरा तिलक दा आवे डर गया मैं आधा कड़म थोड़ी रेत चलो शुक्र है बचा थी गया सट तो नहीं लगी कोई चलो ब्रेक मारी जगह ऐसी आई ना तो स्लिप थी आ गया स्कूटर वेलकम बैक सही मुबशर भाई आ गया नहीं थी मेरे पिछो मैं लुकिया तो रह गया सवेर दी दुकान पे लगन जवान को पता लग गया कहां दसे ते को सुलुक के क्यों रह गया नहीं ते दसया का है मैं बहुत सिंगदार आया भाई केड़े पास मंजी हवा ता जो उल्टा ही मैं वो ना वोल्टेज दे रहे थे तो देर थी गई है ओए हाय सवेर दे रह के दे गया मैं 11:30-12 बजे घर निकल यार बारिश है ना घर रह गया घर बाहर निकलन लगदा बारिश शुरू थी वंदी मैं क्या जी मैं जी मन्न दे को देखो ओके जो रेस्ट मिली है मैं भाज पिया और मैं आपको पहुंच जा सही पहली जिंदगी दी खैर होवे आ भाई तारक की हाल है ठीक अब्बा किधर गया है ओ तो वॉशरूम में गया है अच्छा अपने घर वाला नहीं इस्तेमाल करंदा मस्जिद वाला करंदा जी चलो ठीक है असी मड़ उधर ही जाने वॉशरूम वाले मौके ते पकड़े ने जवान मस्जिद वाले वॉशरूम यूज करण गया वदे चा ग्रांड है मैं पहले तो एक रिक्वेस्ट है भी घर वाला वॉशरूम यूज कर के दा करो हां अच्छा आगे आए हैं तो जनाब अपने उड़े गए हुए हैं हां उड़े गए हैं तो जनाब अपने इथा बाबा निकले तो मैं निकले दा सिया तेरे भरा आए वदन में खला भला ही नहीं आई यार वो आपस में लड़दे पयान भी एक दी वीडियो बन गई एक दी नहीं बनी कोई गाल नहीं दुहे दी बन गई है ते हुन चा आखी चा नहीं सिया दे मैं जिलू कि नहीं चल टुरो फिरो चलते पया या घर वाले जुल दे उड़े चश्मदीद गवाह हैं भाई हाजी महमूद सात बजे तू हाजी को हाजी सब पहले दस दीता काम आया ए पंप तेरा फेल कोई नवी सोच नवी
ਸੋਚ ਨਾ ਵੀ ਕੀ ਏ ਕੋਈ ਯਾਰ ਭੁੱਲੇ ਨਾ ਰਹਿ ਗਈ ਬਸ ਓਕੇ ਮੰਨ ਗਏ ਹਾਂ ਹਾਂ ਸਭ ਉੱਥੇ ਕਹਿਣਾ ਬਿਲਕੁਲ ਉਹ ਰਕਬੇ ਤੇ ਹਾਜੀ ਕੋਲ ਠੀਕ ਹੈ ਤੂੰ ਇੱਥਾ ਆਇਆ ਉਹ ਦੁਨੀਆ ਸਾਈ ਤੇ ਨਿਕਲ ਗਿਆ ਸੀ ਸਭ ਹਰ ਚੀਜ਼ ਦਾ ਪਤਾ ਹੈ ਪਿਆ ਹੁਣ ਤੋਂ ਜ਼ਿਆਦਾ ਉੱਤੋਂ ਆਤ ਨਾ ਵਾਲਾ ਕੰਮ ਨਹੀਂ ਬਣਿਆ ਜਾਣਦੇ ਕੰਮ ਨਹੀਂ ਬਣਿਆ ਸੁਣਾ ਬਾਤਾਂ ਚੋਖੇ ਕਿਲੇ ਕੱਪੇ ਨਹੀਂ ਮੈਂ ਇਰਾਦਾ ਤਾਂ ਯਾਰ ਸਾਰੀ ਦਾ ਅੱਜ ਰੈਪਰ ਵਾਲਾ ਫੋਨ ਕਿਤੇ ਹਾਲ ਆਵਾਂ ਮੈਂ ਤੂੰ ਚੰਗੇ ਸੀ ਇਤਨੀ ਬਾਰਿਸ਼ ਆਈ ਪਈ ਪਹਿਲੇ ਹੁਣ ਈਦ ਆਲੀ ਵਾਰੀ ਤੂੰ ਫੌਰਨ ਬਾਅਦ ਮੈਂ ਕਾਲ ਕੀਤੀ ਭਾਈਆ ਕਣਕ ਆਪਣੀ ਹੈ ਆ ਕੇ ਸੀ ਯਾਰ ਅੱਜ ਹੀ ਟਾਈਮ ਕਹਿ ਨਹੀਂ ਕੱਲ ਹੀ ਕਹਿ ਨਹੀਂ ਪਰਸੋਂ ਆਸਾਂ ਹੁਣ ਅੱਜ ਮੇਰੇ ਕੋ ਕਾਲ ਕੀਤੀ ਪਿਆ ਈ ਰਾਤ ਕੋ ਚਲਾਉਣਾ ਡੀਆਂ ਚਲਾਈ ਰੱਖੂ ਚਲੋ ਠੀਕ ਅੱਜ ਕਾਫੀ ਦੀਵਾਰਾਂ ਦੇ ਬਾਅਦ ਸਾਡੇ ਹੱਥੇ ਆਇਆ ਮੁਬਸ਼ਰ ਬਾਈ ਤੇ ਵਹਿੰਦੇ ਪਏ ਚੌਕ ਤੇ ਜਵਾਨ ਕੋਲ ਕਿਆ ਖਵੇ ਸੋ ਅੱਛਾ ਕੋ ਜੋ ਤੁਸੀਂ ਖਾ ਸੋ ਨਹੀਂ ਜਿਹੜੀ ਜੇ ਤੂੰ ਖਵੇ ਸੇ ਉਹ ਦੱਸ ਨਾ ਮੈਂ ਆਪਣੇ ਵਿਊਅਰਸ ਕੋ ਉਹ ਦੱਸਾਂ ਮਾ ਜਿਹੜੀ ਜੇ ਤੁਸੀਂ ਪਸੰਦ ਕਰੋ ਸੋ ਪੀਜ਼ਾ ਬਰਗਰ ਮਿਸ ਕੋ ਨਹੀਂ ਜੋ ਖਾਣਾ ਤਾਂ ਖਾ ਗਿਨ ਠੀਕ ਹੈ ਪੀਜ਼ਾ ਮੈਂ ਤਾਂ ਪੀਜ਼ਾ 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 ਨਹੀਂ ਯਾਰ ਕਿਆ ਕੋ ਨਾਰਮਲ ਨਾਰਮਲ ਹੀ ਲਾਈਟ ਲਾਈਟ ਚੀਜ਼ ਖਾ ਅਲ ਚੌਕ ਹੀ ਜਨਾ ਬਰਗਰ ਬਣਵਾ ਕੇ ਸੁਣ ਡਿਆ ਅੰਡੇ ਵਾਲਾ ਬਰਗਰ ਸੁਣੀਏ ਉਹ ਪੰਨੀ ਚਲੋ ਤੇ ਕਈ ਵੇਲੇ ਸੁਣਿਆ ਸਾ ਮੈਂ ਕੋਈ ਤਾਂ ਅੰਡੇ ਵਾਲਾ ਬਰਗਰ ਉਹ ਖਾਸ ਇਨਸ਼ਾਅੱਲਾ ਕਿ ਤੁਹਾਡੀ ਹੈ ਕੋਈ ਆਪਣੀ ਡਿਸੀਜਨ ਕੋਈ ਚੀਜ਼ ਨਹੀਂ ਉਹ ਭਾਈ ਮੁਬਸ਼ਰ ਤੇ ਡਿਪੈਂਡ ਕਰਦਾ ਓਕੇ ਜਿਹੜੀ ਚੀਜ਼ ਮੁਬਸ਼ਰ ਭਾਈ ਉੱਥੇ ਖਵਾ ਦੇ ਸੀ ਉਹ ਕਿ ਕਰੇ ਸੋ ਕਾਫੀ ਦਿਵਾਰਾਂ ਦੇ ਬਾਅਦ ਇੰਜੋਇਮੈਂਟ ਵਾਲਾ ਸੀਨ ਬਣਦਾ ਪਾ ਨਿਕਲਦੇ ਪਏ ਸ਼ਹਿਰਲ ਇਨਸ਼ਾਅੱਲਾ ਉੱਥੇ ਹੀ ਮਿਲਦੇ ਹਾਂ ਮਾਸ਼ਾਅੱਲਾ ਵਿਊਅਰਸ ਸਾਰੇ ਕੋਲ ਸਵੇਰ ਦੀ ਬਾਰਿਸ਼ ਰਹਿ ਗਈ ਹੈ ਵਿੱਚੋਂ ਕੁਝ ਦੇਰ ਸਟਾਪ ਥਈ ਹੈ ਜਿਹੜਾ ਅਸਾਂ ਇਹਦੇ ਉੱਤੇ ਫਿਰਦੇ ਰਹਿ ਗਏ ਹੁਣ ਬਾਅਦ ਸ਼ਹਿਰਲ ਨਿਕਲਿਆਂ ਤਾਂ ਕਣੀਆਂ ਆਉਣ ਸ਼ੁਰੂ ਥੀ ਗਏ ਇਹ ਸਕਰੀਨ 'ਤੇ ਤੁਹਾਨੂੰ ਫੀਲ ਥੀਂਦੀਆਂ ਬਿਓਸ ਅਤੇ ਉੱਤੋਂ ਬੱਦਲ ਚੈੱਕ ਕਰੋ ਕਿਆ ਖੂਬਸੂਰਤ ਨਜ਼ਾਰਾ ਬਣਿਆ ਖੜੇ ਲੇਕਿਨ ਸਾਡਾ ਦਿਲ ਦਰਦ ਹੈ ਕਿਉਂਕਿ ਦੇਖੋ ਸਾਹਮਣੇ ਸਾਰੀ ਗੰਦਮ ਤਿਆਰ ਹੈ ਇੱਡੂ ਡਿਸਤੀ ਪਿਓ ਸੀ ਸੜ ਗਈ ਹੈ ਗੰਦਮ ਕਾਲੀ ਥੀ ਗਈ ਅਤੇ ਪਰੇਸ਼ਾਨ ਵੀ ਹੈ ਸਵੇਰੇ ਜਿਹੜਾ ਨਜ਼ਾਰਾ ਬਣਿਆ ਹੈ ਪਾਣੀ ਸ਼ਾਣੀ ਪਾਇਆ ਬਾਲ ਹੌਸਲੇ ਬਾਹਰ ਬਚਾ ਥੀ ਗਏ ਮੈਂ ਉਹ ਲਈ ਆਖਿਆ ਵੀ ਖੈਰ ਦੀ ਦੇਵੇ ਕਿਉਂਕਿ ਨੁਕਸਾਨ ਦੇ ਢੇਰ ਸਾਰੇ ਚਾਂਸਿਸ ਹਨ ਬਿਲਕੁਲ ਬਿਲਕੁਲ ਆਵਾਜ਼ ਇਤਨੀ ਲਾਊਡ ਆਈ ਨਾ ਅੰਦਰ ਫੀਲ ਥੀਂਦਾ ਜਿਵੇਂ ਹੁਣੇ ਕੰਮ ਪਾਉਂਦਾ ਇੱਥੇ ਅੰਦਰ ਮੈਂ ਖਲੋਤਾ ਜਿਸਲੇ ਇੱਕ ਹੋਇਆ ਦੂਆ ਹੋਇਆ ਉਸਲੇ ਮੈਂ ਅੱਪੜ ਗਿਆ ਨਾ ਅੰਦਰ ਜਿਸਲੇ ਤ੍ਰੀਆ ਹੋਇਆ ਮੈਂ ਤਾਂ ਕੋਈ ਹੋਸ਼ ਹੁਸ਼ ਨਾ ਮੰਜੀ ਦੇ ਹੇਠ ਵੜ ਗਿਆ ਜਿਹੜਾ ਮਾਹੌਲ ਬਣਿਆ ਨਾ ਇੱਕ ਵਾਰੀ ਇਵੇਂ ਸਾਰੇ ਡਰੇ ਪਿਆ ਸੀ ਇਹ ਸਮਝੋ ਸਟੋਰੀ ਚ ਕਮੇਡੀ ਫਨ ਪਾਇਆ ਸੀ ਨਹੀਂ ਨਹੀਂ ਫਨ ਨੀ ਪਾਇਆ ਫਨ ਨੀ ਪਾਇਆ ਫਨ ਪਾਇਆ ਹੈਵੀ ਟ੍ਰੈਫਿਕ ਜਾਮ ਹੈ ਚੌਕ ਮੁੰਡਾ ਅੱਧਾ ਘੰਟਾ ਹੋ ਗਿਆ ਜਾਮ ਹੈ ਆਏ ਖੁੱਲਦੇ ਨਹੀਂ ਪਏ ਯਾਰ ਉਹ ਮੁਖਾਲਿਫ ਸਾਈਡ ਤੇ ਵੱਧੇ ਨੇ ਉਹ ਟਰਾਲੇ ਜਿਹੜੇ ਸਾਹਮਣੇ ਖੜੇ ਨਾ ਉਹ ਨਾ ਯਕਦਮ ਹੀ ਖਤਮ ਤੇ ਹੈ ਵਾਂ ਯਕਦਮ ਰੋਡਾਂ ਦਾ ਨਿਕਲੀ ਹਾਂ ਹੁਣ ਦੋ ਦਿਗੇ ਵਿੱਚ ਤੋਂ ਦਿੱਤਾ ਸਭ ਉੱਤਾਂ ਤੇ ਸਾਰੇ ਇਹ ਕੋਈ ਧਰਤੀ ਵੇਸ ਹੀ ਦੇਖ ਜਾਂਦਾ ਜਿਹਨੂੰ ਦਿਲ ਆਦਾ ਪਏ ਉਹ ਲੱਗਾ ਵੱਧਾ ਹੀ ਸਿੰਗਲ ਬੰਦਾ ਨਾ ਜ਼ਰਾ ਔਖਾ ਥੀਂਦਾ ਪਏ ਆਹੋ ਨਹੀਂ ਓਕੇ ਓਕੇ ਫੋਰਸ ਆ ਗਈ ਹੈ ਪੂਰੀ ਉਮੀਦ ਹੈ ਵੀ ਹੁਣ ਚੱਲ ਪੋਸੀ ਉਹ ਟਰਾਲਾ ਹੀ ਟੁਰ ਪਏ ਉਹਦੇ ਦੋਹਾਂ ਸਾਈਡ ਤੇ ਟ੍ਰੈਫਿਕ ਚੜੀ ਦੀ ਉਡੂ ਹੀ ਓਲਡ ਸਾਈਡ ਤੇ ਆ ਗਿਆ ਨਾ ਹੀ ਪਾਸੋਂ ਉਡੂ ਹੀ ਦੇਖ ਫੁੱਲ ਚੰਗਾ ਲੰਬਾ ਜਾਮ ਲਗਾ ਖੜੀ ਉਹ ਦੇਖ ਚੱਕਾ
ਸਾਰੇ ਟਰਾਲੇ ਨਹੀਂ ਆਪੋਜ਼ਿਟ ਸਾਈਡ ਤੇ ਇਹ ਵਾਪਸ ਅਸੀਂ ਇਹੋ ਵੱਲਣਾ ਵਾਪਸ ਅਸੀਂ ਉਹ ਵਿੱਚੋਂ ਗਲੀਆਂ ਸ਼ਲੀਆਂ ਚੜੀ ਕਰਿਓ ਸਾਂ ਇਦੂ ਆਵਿੰਦਾ ਨਹੀਂ ਕੰਮ ਬੈੜਾ ਜਿਹੜਾ ਤੂੰ ਸਮੇਂ ਕੋ ਕਹਿਣਾ ਦੇ ਨਾ ਬਰਗਰ ਸ਼ਰਗਰ ਖਵਾਵਣ ਇਹ ਕੰਮ ਗਲਤ ਹੈ ਇਹ ਕੰਮ ਗਲਤ ਹੈ ਇਹ ਸੂਤਰਾ ਸ਼ੂਤਰਾ ਨੂੰ ਛੋੜੋ ਹਾਂ बारू बहने बस बहन की जगह दे ऑर्डर दी वो बाद जिडे वे पे पहले ऑर्डर दे मुबशर भाई निशान भाई कुछ दसाओ के चीज खावनी है ताकि असें टाइम नाल वेले थियो ते निकलो ओके ओके दसंदे पे दसो मैं अपने व्यूअर्स को दसावना नहीं आ दसंदे पे यार यार को क्या दे पे ना मैं तो यार चलो अच्छा हाजी का जनाब होनी दसना चीज विच ज्यादा है मैं तो पहले नहीं आखा भी चीज जड़ी है ना ज्यादा ओवर कर दी है ना सब कुछ चस ना दे सी टोचैन तू उत्ते तले मंगवा लई ने सारे मंगवा लई क्या बात है यार एक चिट्टी है एक चिट्टी है एक गोल्डन कलर ओए उत्ते करी रत्ती लग दी यो एक रत्ती एक चिट्टी एक दूसरे कलर लाइट ते रत्ती लग दी ब्राउन है माशाल्लाह खूबसूरत है जाओ इने सांभ लो व्यूअर्स जेड़ा पिछले सीन है ठग बिल्ला दिखाया है ना ओ दुकान चो निकलया ते इडे कणा के चवड़ गए हुन तक गुलेंदे रह गए लभ्या गए नहीं बंदे हाली गुलेंदे वदन ना पता नहीं किडे गए दुकान च डर रहा या जो थे निकले हाली तक लभा नहीं बशर कह नहीं दे विच मुसलसल एक घंटा थी कैसा गोल गोल थके वदन नहीं लगता नहीं लगता यार वो डर गए मैं को लगता दुकान दा भा में हेलक कह नहीं जो ही था ना या बंदे ढेर आ नहीं था वो निकले जो है ना बात हाली तक लभ्या गए नहीं अगा बंदे डिठा है वो कने की फेर फूर आए उंदे विच नहीं लगता या तो स्पीड मार गए कि नहीं डट्ठा रतोका नहीं मिला भाई जान जी लीद हसन आया वदे वलीद ही है लेकिन उन्दी कोई सुराग नहीं लगता पूरी कणक छानी से कणक च नहीं महसूस थी फ्रिज बंदी यो ख्याल कर उथे नहीं महसूस थी
ओके बात सारे को अल्लाह हाफिज। मैं तो पिया जनानी को चावन मैं चाहिए कोई नहीं लाया आवन दी यार मजबूरी है लाजमी जावना तो लेट ना करो। हां बालन तो बगैर नहीं गुजारा थी ना होता ना गाल समझ नहीं बेहतर तू समझ दे। मैं तेरे जो सौर हैं दूर दे वो मैं आदा जड़न दी पर ना क्या है वापस हो गई तो कहानी वो किस्मत वाला दियाड़ा है ने बंदे बे वणन दो जोरा वणन दो जोरा आवन दिया ये तो रोजाना को आदा कदी ते पेके जा दी बे। हां वो जानदी नहीं असद चा पुचा डेली दा काम है ना। अच्छी गल है मैं जा कि ना बात सवेरे मिलसो इंशाल्लाह। ओके ठीक है ओके अल्लाह हाफिज़ ओके आ जा भाई आ जा आ जा आ जा बड़ा पिछवाड़ा अम्मा तेरी की लगी ये आने पेन कैसे हो ओए बिस्तर दे आके शामी गए हैं शामी गए मिलना क्या नहीं उठो उठो आओ ओ ओ ओ ओ छोना मेरा आवे 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 ये एन्या कैसी है दुआ। मैं दुआ नल कफ लेना ते तुसा मेरे चैनल कुमारो सब्सक्राइब आज दी वीडियो दा इथे एंड करने दे पे वीडियो पसंद आवे तो लाइक शेयर कमेंट लाजमी करना है। अल्लाह हाफिज़।